ਸਤਿ ਸ਼੍ਰੀ ਅਕਾਲ ਜੀ ਫ੍ਰੀਕੁਐਂਟਲੀ ਆਸ ਕੁਐਸਚਨ ਦੇ ਵਿੱਚ ਅਗਲਾ ਸਵਾਲ ਪੁੱਛ ਰਹੇ ਨੇ ਹਰਿਆਣੇ ਤੋਂ ਰਿਤੇਸ਼ ਮਲਿਕ ਜੀ ਮਲਿਕ ਜੀ ਪੁੱਛਦੇ ਹਨ ਕਿ ਬੈਕਟੀਰੀਅਲ ਬਲੌਚ ਸੀਜ਼ਨਲ ਹੈ ਮਲਿਕ ਜੀ ਬੈਕਟੀਰੀਅਲ ਬਲੌਚ ਜ਼ਿਆਦਾਤਰ ਸਾਨੂੰ ਰੇਨੀ ਸੀਜ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਐਸਾ ਨਹੀਂ ਹੈ ਕਿ ਇਹ ਰੇਨੀ ਸੀਜ਼ਨ ਦੇ ਵਿੱਚ ਹੀ ਆਏਗਾ ਜੇ ਤੁਹਾਡੇ ਕਮਰੇ ਦੀ ਹਿਊਮਿਡਿਟੀ 90 ਤੋਂ ਉੱਪਰ ਚਲੀ ਗਈ ਹੈ 100 ਦੇ ਆਸ ਪਾਸ ਹੈ ਤਾਂ ਬੈਕਟੀਰੀਅਲ ਬਲੌਚ ਤੁਹਾਨੂੰ ਆਫ ਸੀਜ਼ਨਲ ਵੀ ਦੇਖਣ ਨੂੰ ਮਿਲ ਸਕਦਾ ਹੈ ਫਰਦਰਮੋਰ ਜੇ ਤੁਹਾਡੇ ਫਾਰਮ ਦਾ ਹਾਈਜੀਨ ਅੱਛਾ ਨਹੀਂ ਹੈ ਆਸੇ ਪਾਸੇ ਹਾਈਜੀਨ ਮੇਨਟੇਨ ਨਹੀਂ ਕਰ ਰਹੇ ਤਾਂ ਵੀ ਤੁਹਾਨੂੰ ਬੈਕਟੀਰੀਅਲ ਬਲੌਚ ਦੇਖਣ ਨੂੰ ਮਿਲ ਸਕਦਾ ਹੈ ਬੈਕਟੀਰੀਅਲ ਬਲੌਚ ਰਿਲੇਟਡ ਕੰਪਲੀਟ ਵੀਡੀਓ ਮੇਰੇ ਚੈਨਲ ਤੇ ਅਪਲੋਡਡ ਹੈ ਫਰਦਰ ਕੰਪਲੀਟ ਉਸੇ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਕਾਈਂਡਲੀ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਧੰਨਵਾਦ।